ਜਾਗਰਾ ਧਨੀ ਪਿੰਡ ਵਾਲਾ ਤੀਰਥ ਇਹਨਾਂ ਦੇ 250-250 ਪਾਉਂਡ ਆ ਅਤੇ ਜੋ ਚੇਅਰਮੈਨ ਨੇ ਸਾਡੇ ਕਬੱਡੀ ਦੇ 500 ਪਾਉਂਡ ਉਹਨਾਂ ਵੱਲੋਂ ਸਪੈਸ਼ਲੀ ਬੇਲਜ਼ ਵਾਲੇ ਕਾਕਾ ਦਲਵੀਰ ਪੁਰੇਵਾਲ ਉਹਨਾਂ ਵੱਲੋਂ ਆਇਆ। ਹੋਰ ਵੀ ਕਿਸੇ ਨੇ ਜੇ ਸਹਾਇਤਾ ਕਰਨੀ ਹੈ ਤਾਂ ਖੁੱਲ੍ਹਾ ਗੱਫਾ ਮਹਾਰਾਜ ਕਰ ਦਿਓ, ਸਾਡੇ ਵੱਲੋਂ ਤੁਹਾਨੂੰ ਕੋਈ ਨਾਂ ਨਹੀਂ, ਕਿਉਂਕਿ ਟੂਰਨਾਮੈਂਟ ਤੁਹਾਡੇ ਸਹਿਯੋਗ ਦੇ ਨਾਲ ਹੀ ਚੱਲਣੇ ਆ, ਪੈਸਿਆਂ ਦੇ ਨਾਲ ਹੀ ਟੂਰਨਾਮੈਂਟ ਬਣਨੇ ਆ, ਫਿਰ ਪਲੇਅਰ ਵੀ ਆਉਂਦੇ ਆ, ਖਰਚਾ ਵੀ ਹੁੰਦਾ। ਤੋ ਗੱਲਾਂ ਤਾਂ ਪਿੱਠ ਪਿੱਛੇ ਬਹੁਤ ਦੁਨੀਆ ਕਰਦੀ ਆ, ਪਰ ਜਦੋਂ ਨਿੱਤਰ ਕੇ ਮੈਦਾਨ ਵਿੱਚ ਕੋਈ ਆਉਂਦਾ ਫਿਰ ਹੀ ਪਤਾ ਲੱਗਦਾ ਵੀ ਕੌਣ ਸੱਚਾ ਅਤੇ ਕੌਣ ਝੂਠਾ। ਤੋ ਮੈਚਾਂ ਦਾ ਆਨੰਦ ਮਾਣੋ, ਦੋਨੇ ਪਾਸੇ ਬਹੁਤ ਵਧੀਆ ਟੀਮਾਂ ਖੇਡਦੀਆਂ। ਹਾਂਜੀ ਪਿੰਦਾ ਜੀ, ਹਾਂਜੀ ਬਹੁਤ ਵਧੀਆ ਮੈਚ ਸ਼ੁਰੂ ਹੋਇਆ। ਇੱਕ ਕੰਨੀ 100 ਸਾਲ ਦੀ ਟੀਮ ਹੈ, ਦੂਸਰੀ ਕੰਨੀ ਈਸਟ ਬੁੱਲੀ ਦੀ ਟੀਮ। ਬਹੁਤ ਵਧੀਆ ਜਿਹੜਾ ਅੱਜ ਖੇਡ ਮੇਲਾ, ਇੱਧਰ ਸਾਡਾ ਬਾਜਵਾਂ ਵਾਲਾ ਪਾਲਾ ਗੀਤਾ ਬਾਜਵਾਂ ਵਾਲਾ ਅਤੇ ਨਾਲ ਸੋਨਾ ਬਾਜਵਾਂ ਵਾਲਾ ਹੋਰ ਸਾਡੇ ਵੀਰ ਜਿਹੜੇ ਆ ਪਹੁੰਚੇ ਹੋਏ ਆ, ਬਹੁਤ ਬਹੁਤ ਧੰਨਵਾਦ ਜਿਹਨਾਂ ਨੇ ਬੜਾ ਵਧੀਆ ਪ੍ਰਬੰਧ ਕੀਤਾ। ਬਿੰਦਰ ਹੋਣੀ ਆ ਗੀਤੇ ਹੋਣੀ ਬਾਜਵਾਂ ਵਾਲੇ ਬੜਾ ਵਧੀਆ ਪ੍ਰਬੰਧ ਕੀਤਾ ਅੱਜ ਇਸ ਟੂਰਨਾਮੈਂਟ ਦਾ। ਸਤਨਾਮ ਸਿੰਘ ਜੀ ਗੱਲ ਉਹਨਾਂ ਦੇ ਨਾਲ ਰਲ ਕੇ ਅਤੇ ਡਬਲ ਟੱਚ ਦਾ ਪੁਆਇੰਟ ਜਿਹੜਾ ਭੱਜੀ ਦਾ ਫੈਸਲਾ ਈਰਥ ਬੁੱਲੀ ਦੇ ਹੱਕ ਦੇ ਵਿੱਚ। ਉੱਧਰ ਕੀਤਾ ਬਾਜਵਾਂ, ਰਿੱਕੀ, ਹੁਸ਼ਿਆਰਪੁਰੀਆ, ਬਲਰਾਮ ਰਾਜਾ, ਅਮਨ ਬਸਰਾ, ਹੈਪੀ ਚਾਲ, ਮਾਈਕਲ ਗਰੇਵਾਲ, ਅਨੋਕ ਥਿੰਦ ਅਤੇ ਮੇਜਰ ਸਾਡਾ ਮੇਜਰ ਮਾਨ ਗਾਇਕ ਜਿਹੜਾ ਸਾਡਾ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਅਤੇ ਕਬੱਡੀ ਪਈ ਆ ਲੰਬੜ ਬਜੂਹਾਂ ਵਾਲੇ ਦੀ ਕਬੱਡੀ ਪਈ ਆ, ਬਜੂਹਾਂ ਵਾਲੇ ਲੰਬੜ ਦੀ ਕਬੱਡੀ, ਮੂਹਰੇ ਚਾਰੇ ਜਾਫੀ ਪੂਰੀ ਤਿਆਰੀ ਦੇ ਵਿੱਚ। ਅਤੇ ਇੱਧਰ ਗੋਗੋ ਰੋਰਚੀ ਦੇ ਨਾਲ ਮੁਕਾਬਲਾ, ਅਤੇ ਹੁਣ ਵੇਖਣਾ ਵੀ ਕੇਵਲ ਪੋਸੀਆ ਫੈਸਲਾ ਕਿੱਧਰਲਾ ਦਿੰਦਾ, ਫੈਸਲਾ ਜਿਹੜਾ ਗੋਗੋ ਰੋਰਚੀ ਦੇ ਹੱਕ ਦੇ ਵਿੱਚ। ਇੱਕ ਅੰਕ ਦਾ ਹੋਰ ਵਾਧਾ, ਚੱਲ ਸ਼ੇਰਾ ਪਾਵੇ ਕਬੱਡੀ ਇਹ ਆ। ਉੱਧਰ ਮੋਹੀ ਦੀ ਕਬੱਡੀ ਪੈਣ ਲੱਗੀ ਆ, ਮੋਹੀ ਜੰਬੋ ਦੀ ਕਬੱਡੀ, ਮੂਹਰੇ ਚਾਰੇ ਜਾਫੀ ਕੀਪਾ ਪਾਲਾ ਚਮਿਆਰਾ, ਅਤੇ ਹੁਣ ਵੇਖਣਾ ਉੱਧਰ ਪਿੱਛੇ ਸੋਨਾ ਬਾਜਵਾਂ ਵਾਲਾ ਲਾਈਨ 'ਤੇ, ਅਤੇ ਕਬੱਡੀ ਜੰਬੋ ਮੋਹੀ ਦੀ ਕਬੱਡੀ ਪਈ ਆ। ਹਾਂ ਪੁਆਇੰਟ ਜਿਹੜਾ ਭਾਜੀ ਕਿੱਧਰਲਾ, ਪੁਆਇੰਟ ਜਿਹੜਾ ਸਿੰਘ ਸਭਾ 100 ਸਾਲ ਦੇ ਹੱਕ ਦੇ ਵਿੱਚ। ਇੱਧਰ ਪਾਲਾ ਬਾਜਵਾਂ ਵਾਲਾ ਸਾਰੀ ਜਿਹੜੀ ਢਾਣੀ ਆ, ਬਿੱਲਾ ਕਪੂਰਥਲੀਆ, ਬੁਲਟ ਸੁਰਖਪੁਰੀਆ, ਕੰਮਾ, ਸਾਰੇ ਮੇਰੇ ਵੀਰ ਜਿੰਨੇ ਵੀ ਪੰਡਤ ਹੋਣੀ ਆਏ ਆ, ਜਿੰਨੀ ਵੀ ਸਾਰੀ ਸਿੰਘ ਸਭਾ 100 ਸਾਲ ਦੀ ਕਮੇਟੀ ਆ, ਜੀ ਆਇਆਂ, ਧੰਨਵਾਦ ਸਾਰਿਆਂ ਨੂੰ। ਅਤੇ ਇੱਧਰ ਕਬੱਡੀ ਪਈ ਆ, ਉੱਧਰ ਦੀਪਾ ਮੌਲੀ, ਇਹ ਆ ਜੱਗਾ, ਤਰਨ ਤਾਰਨ ਦੀ ਧਰਤੀ ਜੱਗਾ, ਪਹਿਲੀ ਵਾਰ ਇੰਗਲੈਂਡ 'ਚ ਆਇਆ, ਗੋਗੋ ਨੂੰ ਟੱਚ, ਬਹੁਤ ਹੀ ਵਧੀਆ। ਉੱਧਰ ਜੱਗਾ ਗੋਗੋ ਰੋੜਕੀ ਦੇ ਨਾਲ, ਇੱਧਰ ਬਿਲਕੁਲ ਹੰਦਿਆਂ ਦੇ ਨੇੜੇ, ਬਿਲਕੁਲ ਹੰਦਿਆਂ ਦੇ ਨੇੜੇ, ਬਿਲਕੁਲ ਹੰਦਿਆਂ ਨੇੜੇ, ਪੁਆਇੰਟ ਸਿੰਘ ਸਭਾ 100 ਸਾਲ ਦੇ ਹੱਕ ਦੇ ਵਿੱਚ। ਉੱਧਰ ਪੰਡਿਤ ਸਾਡਾ ਵੀਰ ਮੰਗਾ ਮਲਸੀਆ ਅਤੇ ਨਾਲ ਅਮਨਦੀਪ ਮਲਤਾਨੀ ਅਤੇ ਸੁੱਖਾ ਸਾਡਾ ਵੀਰ ਟੰਡੋਵਾਲ, ਅਤੇ ਉੱਧਰ ਸੁੱਖਾ ਚੱਕਾਂ ਵਾਲਾ, ਉਹਦੇ ਵੀ ਸੱਟ ਵੱਜੀ ਆ, ਨਹੀਂ ਤਾਂ ਜ਼ਰੂਰ ਅੱਜ ਕਿਸੇ ਨਾ ਕਿਸੇ ਟੀਮ ਵਿੱਚ ਜ਼ਰੂਰ ਖੇਡਦਾ। ਅਤੇ ਇੱਧਰ ਅਮਰਜੀਤ ਦੀ ਕਬੱਡੀ ਪਈ ਆ, ਅਮਰਜੀਤ ਦੀ ਕਬੱਡੀ ਪਾਲੇ ਚਮਿਆਰੇ ਦੇ ਨਾਲ ਮੁਕਾਬਲਾ ਹੋਇਆ ਸੀ, ਪਰ ਪੁਆਇੰਟ ਈਰਥ ਬੁੱਲੀ ਦੇ ਹੱਕ ਦੇ ਵਿੱਚ। ਚਲੋ ਦੀਪਿਆ ਪਾਵੇ ਕਬੱਡੀ ਸ਼ੇਰਾ, ਦੀਪਾ ਬਹੁਤ ਹੀ ਲੰਬੇ ਸਮੇਂ ਤੋਂ ਕਬੱਡੀ ਖੇਡਦਾ ਆਇਆ, ਸੈਦੋਵਾਲ ਵਾਲਾ ਦੀਪੇ ਦੀ ਕਬੱਡੀ ਪਾਈ ਆ, ਸੈਦੋਵਾਲ ਵਾਲਾ ਦੀਪਾ। ਇੱਧਰ ਹੁਣ ਪਤਾ ਲੱਗਣਾ ਵੀ ਕਿਹਨੂੰ ਟੱਚ ਹੁੰਦਾ, ਚਾਰੇ ਜਾਫੀ ਪੂਰੀ ਤਿਆਰੀ ਦੇ ਵਿੱਚ, ਲੰਬੜ ਬਜੂਹਾਂ ਵਾਲੇ ਦੇ ਹੱਕ ਦੇ ਵਿੱਚ, ਸਿੰਘ ਸਭਾ 100 ਸਾਲ ਦੇ ਹੱਕ 'ਚ। ਪੰਮੀ ਰੰਧਾਵਾ ਆਪਣੇ ਸਮੇਂ ਦਾ ਸੁਪਰ ਸਟਾਰ ਜਾਫੀ, ਇੱਧਰ ਮਹਿੰਦਰ ਗਿੱਲ ਉਹ ਵੀ ਪਹੁੰਚ ਗਏ ਆ, ਅਤੇ ਕਬੱਡੀ ਅਮਰਜੀਤ ਚੱਕ ਟੱਡਿਆਂ ਵਾਲੇ ਦੀ, ਬੜੀ ਵਧੀਆ ਟੀਮ 100 ਸਾਲ ਦੀ ਖੇਡਦੀ ਆ ਕਬੱਡੀ, ਅਮਰਜੀਤ ਚੱਕ ਟੱਡਿਆਂ ਵਾਲੇ ਦੀ।
मूरे कीपे दे नाल हल्का जिहा टच कीपा जोधपुर चीमे पिंड गभरू का ते हुण वेखना बिलकुल हंदियां दे नेड़े पॉइंट जिहड़ा अमरजीत दे हक दे विच शोर्ट ब्रेक आज पेंदे अगलियां टीमां प्लीज कर दिओ पता केड़ियां अगला मैच केड़ा होना वह भी अनाउंस कर दिओ प्लीज पतारा साहब जी टीमां करी जी दस्सो इत्थे केड़ियां पॉइंट जिहड़ा दीपे दे हक दे विच सिद्धवल वाले दीपे दे हक दे विच एक अंक का होर वाधा चलो पाप मोही कबड्डी शेरा जंबो मोही की कबड्डी दस पौंड इधर कम्मे वालों दीपे नूं दस पौंड हरेक रेल दे दस दस पौंड कम्मा खड़ा नोटा दथी कढ गए डबल टच का पॉइंट बहुत ही वधिया मोही दे हक दे विच डबल टच का पॉइंट चलो पाप जसिया कबड्डी शेरा उधर सारे मेरे वीर पहुंचे हुए दूरों नेड़ियों ते कबड्डी जसे टेसी दी उधर जस कमेंट्री दा साडा वीर वह भी पहुंचाया सारे वीर ते इधर जंजवा जसा टेसी इत्थों दा जंपल ते हुण वेखना जिहड़ा बहुत ईत बुली दे खाते विच उधर गीता बाजवा वाला रिक्की साडा वीर हुशियारपुरिया बलराम राजा अमर बसरा हैप्पी चाल माइकल गरेवाल अनोक थिंद ते मेजर साडा वीर मान उन्हां दे नाल पंडित साडा वीर छोटा पंडित वड्डा पंडित मंगा मलसिया अमनदीप मंडाली सुखा ढंडोवा ते सुखा चक्का वाला ते इधर इधर लंबड़ बजुआ वाला बिलकुल हंदियां दे नेड़े लै गया जंजवा खिच के हुण वेखना भई गल किधर नूं जांदी आ बिलकुल हंदियां दे नेड़े टाइम जिहड़ा हो गया बहुत ही तकड़ा जफा मुशफर जवेद जजवे लगा तो ईर्थ बुली के खाते में एक अंक का होर वाधा चल वे मानिया पा कबड्डी शेरा माने जट की कबड्डी उधर नेका मैरीपुरी वह भी गेड़िया दिता है तो माने जट की कबड्डी पई आ बड़ी वधिया टीम खेड के गई बर्मिंघम की तो माने जट की कबड्डी रणवीर सिंह राय गुरुद्वारे का मुख सेवादार साडे गुरु गोविंद सिंह जी गुरु घर के मुख सेवादार रण ब्रेडफोर्ड तो रणवीर सिंह राय सिंह सरदार ते कबड्डी जगे की कबड्डी ये तरन तारण जिला चोबर का पैंदा जगे की कबड्डी पई आ जगे की कबड्डी मूरे जंजुआ गोगो रुड़की सीता नाल जानी सुनियारा बहुत ही वधिया जिहड़ा मुकाबला चलता दिन भी वधिया सवेरे बेशक थोड़ा मीह सी पर बड़ा वधिया देसी दे हक दे विच चल बिशेरा माने पा कबड्डी माने जट की कबड्डी माने लुधियानवी के नाल मशहूर हैलो स्लो ते बार्किंग बहुत ही वधिया इधर हल्का जिहा बिट्टू घनौर दे नाल टच होया सी पॉइंट जिहड़ा माने दे हक दे विच इक अंक दा होर वाधा चल वे लंबड़ा पा कबड्डी शेरा बहुत ही वधिया उधर साढ़े रणवीर साढ़ा वीर भी पौंड जफे के कमे वालों जिहड़ा भी जाफी जफा लो बिटू भी पौंड जफे के कमे वालों दिते जाने सिंह सभा स्लो ते सिंह सभा बार्किंग आखिरी सदा दोनों टीमों उधर गोगो रोड़की वह वेख लो की बनाए बैठा पॉइंट जिहड़ा इस गोगो रोड़की के हक के ईर्थ बुली के हक के उधर साढ़ा वीर लाला भी ग्राउंड खड़ा सुरेंद्र माणक माणक सलिस्टर दीपे मौली मैं बेनती करता प्लीज इधर एक गल सुन लो प्लीज सिख चैनल को दीपा मौली इधर जेड़ा भी सिंह सभा साउथ हाल का जाफी जाफा लो भी पौंड पम्मी रंधावे वालों भी पौंड कंबे औजरे वालों चाली पौंड मित्रों जफे दे जेड़ा भी जाफी जाफा लाओ आ कढ़ दे पम्मी देख ला हुण ये भी पौंड लाए नाले जफा लग गया सोखिया आ जावे हाफ टाइम जरा
एस लीग दीआं कौडियां पै रहीआं ने, शानदार टीमां जिहड़ियां उतर चुकीआं ने मैदान दे विच ते हाफ टाइम हो चुका इस मैच दा, ईथ वूलिच वर्सिस साउथ हॉल। सो साडे नाल टीम दे रैफरी ने, रैफरी साहब जी भज्जी खीरावाल जी, तुसीं अपनी इक बड़ी टाइम दी शानदार कबड्डी खेडी है, सो अज दसो कि मीह पैण तों बाद ग्राउंड दी की हालत है, कि प्लेयरां वास्ते किन्नी कु नुकसानदेही हो सकदी आ? मैंने कोई नुकसान नहीं की, सगों मीह पैण दे नाल ग्राउंड सगों थोड़ी पोली हो गई आ, रगड़ां तों बच गए प्लेयर, जे मीह ना पैंदा ते ग्राउंड सगों सुक्की सी, फिर रगड़ां लगणियां सीगियां। ਤੁਹਾਨੂੰ ਪਤਾ ਹੀ ਆ ਕਿ ਰੱਬ ਜੋ ਵੀ ਕਰਦਾ ਉਹ ਮਾੜਾ ਨਹੀਂ ਕਰਦਾ, ਚੰਗਾ ਹੀ ਕਰਦਾ। ਤੁਹਾਡਾ ਬਹੁਤ ਧੰਨਵਾਦ ਜੀ। ਸੋ ਸਾਡੇ ਨਾਲ ਬੋਲਾਂ ਦੇ ਵਣਜਾਰੇ ਪਿੰਦਾ ਸਾਹਿਬ, ਪਿੰਦਾ ਮਠੱਡਾ ਜੀ, ਸੋ ਜਿਹੜੀ ਕਮੈਂਟਰੀ ਤੁਸੀਂ ਕਰਦੇ ਹੋ, ਇਹ ਕਮੈਂਟਰੀ ਕਿੰਨਾ ਕੁ ਰੰਗ ਭਰਦੀ ਹੈ ਇਸ ਕਬੱਡੀ ਦੇ ਮੈਚ ਵਿੱਚ? ਦੇਖੋ ਜੀ, ਆ ਜਿਹੜੇ ਅੱਜ ਕੱਲ੍ਹ ਜਿਹੜੇ ਟੂਰਨਾਮੈਂਟ ਹੈ ਕਬੱਡੀ ਆ, ਉਹ ਕਮੈਂਟਰੀ ਤੋਂ ਬਿਨਾਂ ਬਹੁਤ ਦੂਰੀ ਲੱਗਦੀ ਆ। ਜਿੰਨੇ ਮਰਜ਼ੀ ਤਕੜੇ ਮੈਚ ਹੁੰਦੇ ਹੋਣ, ਜਦ ਤੱਕ ਕਮੈਂਟਰੀ ਨਹੀਂ ਹੁੰਦੀ, ਦਰਸ਼ਕ ਚਾਹੁੰਦੇ ਸਾਨੂੰ ਹਰੇਕ ਖਿਡਾਰੀ ਦਾ ਪਤਾ ਲੱਗੇ, ਕੀ ਉਹਦਾ ਨਾਂ ਆ, ਕਿਹੜੇ ਜ਼ਿਲ੍ਹੇ ਦਾ, ਕਿਹੜਾ ਉਹਦਾ ਪਿੰਡ ਆ, ਕਿਉਂਕਿ ਜੇ ਅਸੀਂ ਸ਼ੇਰੇ ਬੋਲੀ ਜਾਈਏ, ਦਰਸ਼ਕ ਵਾਲੇ ਖੁਸ਼ ਨਹੀਂ ਹੁੰਦੇ ਉਹ ਚੀਜ਼ ਦੇ ਵਿੱਚ। ਠੀਕ ਹੈ ਜੀ, ਧੰਨਵਾਦ ਜੀ।